ਕਿੱਥੋਂ ਨੇ? ਨਾਭਾ ਪਿੰਡ। ਨਾਭੇ ਨਾਭੇ ਤੋਂ। ਪਿਓ ਪੁੱਤਰ ਕਿੱਧਰ ਨੇ ਇਹਨਾਂ ਦੇ? ਉਹ ਆਪਾਂ ਦੇਖਿਆ ਪਹਿਲਾਂ ਮਰ ਗਏ ਸੀ। ਉਹ ਤਾਂ ਇੱਕ ਤਾਂ ਜਿਹੜਾ ਇਹਦਾ ਅਸਲੀ ਤਾਂ ਮਰ ਗਿਆ ਤਾ। ਅੱਛਾ, ਜਿਹੜਾ ਜਿਹੜਾ ਦੂਜਾ ਪੁੱਤਰ ਉਹ ਕੀ ਕਹਿੰਦਾ? ਉਹ ਤਾਂ ਸਾਫ ਜਵਾਬ ਦੇ ਗਿਆ ਕਹਿੰਦਾ ਉਹ ਉਰੇ ਆ ਗਿਆ ਸੀਗਾ। ਉਹ ਉਰੇ ਆਇਆ ਸੀ ਆਪਣੀ ਕਹੇ ਨੇ ਆਪਣੀ ਘਰਾਈ ਨਾਲ ਆਇਆ, ਆਪਣੇ ਬੱਚਿਆਂ ਨਾਲ ਆਇਆ, ਆਪਣੇ ਬੇਟੀਆਂ ਨੂੰ ਆਪਣੇ ਬੇਟਿਆਂ ਨੂੰ ਨਾਲ ਲੈ ਕੇ ਆਇਆ। ਨਾਲ ਲੈ ਕੇ ਆਇਆ ਸਾਰੇ ਟੱਬਰ ਨਾਲ ਲੈ ਕੇ ਆਇਆ। ਅੱਛਾ, ਪਹਿਲਾਂ ਆਇਆ ਸੀ ਲੈਣ ਵਾਸਤੇ। ਹਾਂ, ਫਿਰ ਜਦ ਉਹਨੇ ਹਾਲਤ ਦੇਖ ਲਈ ਕਹਿੰਦਾ ਮੈਂ ਲੈ ਗਿਆ। ਨਹੀਂ ਲੈ ਕੇ ਜਾਂਦਾ ਕਹਿੰਦਾ, ਮੁੱਕਰ ਹੀ ਗਿਆ, ਮੁੱਕਰ ਗਿਆ। ਤੁਹਾਨੂੰ ਕਿਹੜੇ ਰਿਸ਼ਤੇਦਾਰ ਨੇ ਕਿਹਾ ਸੀਗਾ ਕਿ ਇਹਨੂੰ ਨਹਿਰ ਚ ਸਿੱਟਿਓ? ਚਾਹੇ ਨਹੀਂ ਨਹੀਂ ਆਪੇ ਖੁਦ ਕਹਿੰਦੇ ਸੀਗੇ। ਇਹ ਆਪ ਮਾਤਾ ਇੰਨੀ ਤੰਗ ਹੋ ਗਈ ਕਿ ਮੈਨੂੰ ਨਹਿਰ ਚ ਸਿੱਟਿਓ? ਮੈਨੂੰ ਰਾਤ ਕਹਿੰਦੀ ਮੇਰੇ ਸਿਰਹਾਣਾ ਰੱਖ ਕੇ ਮੂੰਹ ਪੇ ਮੇਰੇ ਸਾਹ ਘੁੱਟ ਦੇ, ਮੈਨੂੰ ਮਾਰ ਦੋ, ਮਾਰ ਦੋ, ਭੈਣ ਨੂੰ ਰੱਖ ਸਕਦਾ ਹਫ਼ਤਾ ਰੱਖ ਲੈ ਕਮ ਸੇ ਕਮ, ਇਹ ਕਹਿੰਦੇ ਚੱਲ ਮੇਰੇ ਆਖਰੀ ਸਮਾਂ ਹਫ਼ਤਾ ਹੀ ਰੱਖ ਲੈਂਦਾ ਵੀ ਨਹੀਂ ਨਾ, ਤੂੰ ਲੈ ਕੇ ਨੀ ਆਉਂਦੇ ਕੋਲ ਵਾਹਿਗੁਰੂ। ਇਹ ਵੀਡੀਓ ਸ਼ੇਅਰ ਤੁਸੀਂ ਕਰਨੇ ਆ, ਕਿਉਂ ਸ਼ੇਅਰ ਕਰਨੇ ਆ? ਕਿਉਂਕਿ ਇੱਦਾਂ ਦੀ ਮਾਤਾਵਾਂ ਬਹੁਤ ਪਿੰਡਾਂ ਪਿੰਡਾਂ 'ਚ ਸ਼ਹਿਰਾਂ ਸ਼ਹਿਰਾਂ 'ਚ ਪਈਆਂ ਨੇ। ਸਮਾਜ ਦਾ ਘਾਣ ਬਹੁਤ ਬੁਰੀ ਤਰ੍ਹਾਂ ਹੋ ਰਿਹਾ। ਮਾਵਾਂ ਆਪਣੇ ਪੁੱਤਾਂ ਨੂੰ ਔਰ ਪੁੱਤ ਮਾਵਾਂ ਨੂੰ ਲਗਾਤਾਰ ਛੱਡ ਰਹੇ ਹੈ। ਮਾਇਆ ਇੰਨੀ ਕੁ ਜ਼ਿਆਦਾ ਪ੍ਰਧਾਨ ਹੁੰਦੀ ਜਾ ਰਹੀ ਹੈ, ਲੋਕ ਪਾਗਲ ਹੋ ਗਏ ਹੈ। ਇੱਦਾਂ ਦੀ ਮਾਵਾਂ ਪਿੰਡਾਂ ਪਿੰਡਾਂ 'ਚ ਪਈਆਂ ਨੇ, ਲੋਕ ਸਾਨੂੰ ਲਗਾਤਾਰ ਫੋਨ ਕਰ ਰਹੇ ਨੇ। ਇਹ ਸ਼ਬਦ ਤੁਸੀਂ ਅੱਗੇ ਪਹੁੰਚਾਉਂਦੇ ਹੋ, ਵੀਡੀਓਜ਼ ਤੁਸੀਂ ਅੱਗੇ ਸ਼ੇਅਰ ਕਰਦੇ ਹੋ, ਲੋਕ ਤਾਂ ਹੀ ਸਾਨੂੰ ਪਿੰਡਾਂ ਪਿੰਡਾਂ 'ਚੋਂ ਫੋਨ ਆ ਰਹੇ ਨੇ। ਇਸ ਤੁਹਾਡਾ ਵੀਡੀਓ ਸ਼ੇਅਰ ਕਰਨਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਪੂਰੇ ਪੰਜਾਬ ਹਰਿਆਣੇ ਤੋਂ ਅੱਡ ਅੱਡ ਮਾਤਾਵਾਂ ਅੱਡ ਅੱਡ ਵੀਰਾਂ ਲਈ ਲਗਾਤਾਰ ਫੋਨ ਆ ਰਹੇ ਹੈ। ਹੁਣ ਵੀ ਕੋਟਲਾ ਫਾਜ਼ਿਲ ਹੋ ਕੇ ਆਏ ਹਾਂ, ਪੇਸ਼ੈਂਟ ਬੜੀ ਬੁਰੀ ਹਾਲਤ 'ਚ ਪਿਆ। ਅੱਛਾ, ਜਿੰਨੇ ਮਾਤਾ ਦੇ ਭਿਆਨਕ ਬੈੱਡ ਸੋ ਰਿਹਾ, ਇਸ ਤੋਂ ਉਹਦੇ ਪੈਰ ਵੀ ਗਲੇ ਪਏ ਹੈ, ਐਡੇ ਭਿਆਨਕ ਹਾਲਾਤ 'ਚ ਪਏ ਹੈ। ਉਹ ਵੀਰ ਨੂੰ ਵੀ ਕਹਿ ਕੇ ਆਏ, ਅਗਲੇ 10 ਦਿਨਾਂ ਦੇ ਵਿੱਚ ਉਹ ਵੀ ਆ ਰਿਹਾ। ਫਿਲਹਾਲ ਮਾਤਾ ਨੂੰ ਲੈ ਕੇ ਚੱਲੇ ਹਾਂ। ਜ਼ਿਲ੍ਹਾ ਫਤਿਹਗੜ੍ਹ ਸਾਹਿਬ ਸ਼ਹੀਦਾਂ ਦੀ ਧਰਤੀ, ਜਿੱਥੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਪ੍ਰਾਪਤ ਕੀਤੀ ਹੈ, ਉਹਨਾਂ ਉਸ ਧਰਤੀ 'ਤੇ ਖੜ੍ਹੇ ਹਾਂ। ਇਹ ਰਿਸ਼ਤੇਦਾਰ ਜਿੰਨਾ ਇਹਨਾਂ ਤੋਂ ਵਾਹ ਲੱਗੀ, ਇਹਨਾਂ ਨੇ ਇਲਾਜ ਕਰਾਇਆ, ਇਹਨਾਂ ਨੇ ਆਪਣੇ ਵੱਲੋਂ ਪੂਰਾ ਮੋਢਾ ਲਾਇਆ, ਲੇਕਿਨ ਬਾਕੀ ਰਿਸ਼ਤੇਦਾਰਾਂ ਦਾ ਵੀ ਫਰਜ਼ ਬਣਦਾ ਨਾ, ਨਹੀਂ ਲਾ ਰਹੇ। ਅਗਲੇ ਕਹਿੰਦੇ ਆਹੀ ਕਰਨ ਮਰਦੇ ਦਮ ਤੱਕ, ਕਰਨਾ ਨਹੀਂ ਚਾਹੁੰਦਾ ਬਾਕੀ ਕੋਈ। ਇਹ ਸਮਾਜ ਦਾ ਘਾਣ ਲਗਾਤਾਰ ਹੋ ਰਿਹਾ, ਲੇਕਿਨ ਇੱਦਾਂ ਦੀ ਮਾਤਾਵਾਂ ਪਿੰਡਾਂ ਪਿੰਡਾਂ 'ਚ ਪਈਆਂ ਨੇ। ਇਹ ਸ਼ਬਦ ਤੁਸੀਂ ਅੱਗੇ ਤੱਕ ਪਹੁੰਚਾਉਣਾ, ਇਹ ਬਹੁਤ ਜ਼ਰੂਰੀ ਹੈ। ਤੁਹਾਡੇ ਅੱਗੇ ਤੱਕ ਵੀਡੀਓਜ਼ ਭੇਜਣੇ ਹੈ ਨਾ, ਇਹ ਬਹੁਤ ਜ਼ਰੂਰੀ ਸੇਵਾ ਹੈ ਔਨਲਾਈਨ, ਜੋ ਤੁਸੀਂ ਲਗਾਤਾਰ ਕਰਦੇ ਹੋ, ਅੱਗੇ ਵੀ ਕਰਦੇ ਰਹੋ ਨਾ। ਮਾਤਾ ਜੀ ਚੱਲੀਏ ਫਿਰ। ਇਹ ਇਹ ਗਲਾ ਇਹਨਾਂ ਦਾ ਸ਼ੁਰੂ ਤੋਂ ਇੱਦਾਂ? ਹਾਂਜੀ, ਦਿਖਾਇਓ ਮਾਤਾ ਗਲਾ, ਦਿਖਾਇਓ। ਰੋਟੀ ਪਾਣੀ ਛਕ ਲੈਂਦੇ ਆਰਾਮ ਨਾਲ, ਕੋਈ ਇਹਨਾਂ ਨੂੰ ਇਹਦੀ ਤਕਲੀਫ ਨਹੀਂ। ਇਹਨਾਂ ਦਾ ਬਸ ਹੁਣ ਇਹਦੇ ਕਰਕੇ ਹੋਇਆ ਬਸ ਜ਼ਿਆਦਾ। ਅੱਛਾ, ਇੱਕ ਤਾਂ ਇਹਦੇ ਨਾ ਦਰਦ ਹੁੰਦਾ, ਸਾਰਿਆਂ ਦੀ ਕਰਦੇ ਆ ਜੀ। ਹਾਂ, ਜੋ ਸਾਰਿਆਂ ਲਈ ਆ ਉਹੀ ਆ ਮਾਤਾ ਲਈ ਵੀ ਆ, ਸਾਡੇ ਲਈ ਸਾਰੇ ਬਰਾਬਰ ਹੈ ਜੀ।
ਸਾਰੀ ਸੇਵਾ ਸਭ ਦੇ ਲਈ ਬਰਾਬਰ ਚੱਲਦੀ ਹੈ ਜੀ। 15 ਦਿਨ ਮੈਂ ਫਤਿਹਗੜ੍ਹ ਸਾਹਿਬ ਵੀ ਰੱਖੀ ਮਾਸੀ ਦਾਖਲ ਉੱਥੇ ਮੰਮੀ ਜ਼ਿਆਦਾ ਜਾਂਦੇ ਰਹੇ, ਸੀਟਰਾਂ ਮੇਰੀ ਆਉਂਦੀਆਂ ਰਹੀਆਂ, ਮੇਰੇ ਭੈਣਾਂ ਕਰੋ ਬੋਲ ਕੀਤਾ ਉਹਨਾਂ ਨੇ ਵੀ, ਫਿਰ 32 ਰੈਫਰ ਕਰਤਾ ਉਹਨਾਂ ਨੇ, 32 ਵੀ ਅਸੀਂ ਉੱਥੇ ਰਹੇ ਹਾਂ ਜੀ। ਕਿੰਨੇ ਦਿਨ? 32 ਦਾਖਲ ਸਾਰੇ ਜਿੰਨੇ ਵੀ ਹੋਏ ਸੀ ਉਹਨਾਂ ਕਰਿਆ। 16,000 ਹਾਂਜੀ, 20,000 ਸਾਡਾ ਨਾਭੇ ਲੱਗ ਗਿਆ। ਅੱਛਾ, ਤੁਸੀਂ ਤਾਂ ਪੂਰਾ ਮੋਟਾ ਲਾਇਆ ਜੀ। ਹਾਂ, ਬਹੁਤ ਕਰਿਆ। ਬਾਕੀ ਪਿਤਾ ਸਗਾ ਭਰਾ ਨਹੀਂ ਕਰਦਾ? ਨਹੀਂ, ਉਹ ਮਨੇ ਕਰ ਗਿਆ। ਉਹ ਕਹਿੰਦਾ ਮੈਂ ਬਿਮਾਰ ਹੀ ਨਹੀਂ ਹੋਣਾ, ਮੈਂ ਮਰਨਾ ਹੀ ਨਹੀਂ ਆ। ਮੈਂ ਕਹਿੰਦਾ ਮੈਨੂੰ ਤੂੰ ਲੈ ਕੇ ਨਹੀਂ ਆਉਣੇ, ਉਰੇ ਪੇਕੇ ਨਹੀਂ ਲੈ ਕੇ ਆਉਣੀ ਹੈ, ਪੇਕੇ ਨਹੀਂ ਲੈ ਕੇ ਆਉਣੀ, ਮਰ ਜਾਵੇ ਛੱਡ ਲੈ। ਮੈਂ ਕਹਿੰਦਾ ਮਾਸੀ ਹੋਰੇ ਮੈਂ ਨਾਲ ਕੇ ਛੱਡ ਦੇਈ, ਮੈਂ ਤੇ ਇਹ ਬੰਦੇ ਦੇ ਭੈਣ ਦੇ ਨਹੀਂ ਬਣ ਸਕਿਆ, ਸਾਡਾ ਕੀ ਬਣੂਗਾ ਜੀ? ਸਾਡਾ ਕੀ ਬਣੂਗਾ? ਸਾਡਾ ਕੀ ਭਾਣਜੇ ਦਾ ਕੀ ਬਣਦੀ ਜੀ? ਉਹ 4-5 ਸਾਲ, ਇਹ ਉਹੀ ਭਰਾ ਹੈ ਜਿਹੜੇ ਇੱਕੋ ਮਾਂ ਦੇ ਪੁੱਤ ਜੰਮੇ ਹੋਏ ਆ ਔਰ ਇਕੱਠੇ ਬਚਪਨ ਇਕੱਠਾ ਬਿਤਾਇਆ ਹੋਣਾ, ਜਵਾਨੀ ਇਕੱਠੇ ਬਿਤਾਈ ਹੋਣੀ। ਸਭ ਤੋਂ ਛੋਟੀ ਭੈਣ ਜੀ, ਸਭ ਤੋਂ ਫਿਰ ਤਾਂ ਜ਼ਿਆਦਾ ਪਿਆਰ ਹੋ ਜਾਣਾ। ਛੋਟੀ ਭੈਣ ਸੀ ਉਹਦੀ ਯਾਰ, ਇਹ ਹਾਲਾਤ ਨੇ। ਤੂੰ ਮਾਤਾ ਨੂੰ ਲੈ ਕੇ ਚੱਲੀ, ਸੰਗਤ ਦੇ ਸਹਿਯੋਗ ਦੀ ਹਮੇਸ਼ਾ ਲੋੜ ਰਹਿੰਦੀ ਹੈ। ਜਿਹੜਾ ਮੋਹਾਲੀ ਦੇ ਵਿੱਚ ਮਦਨ ਹੇੜੀ ਕੇਅਰ ਸੈਂਟਰ ਚੱਲ ਰਿਹਾ, ਮਾਤਾ ਦੇ ਬਹੁਤ ਹੀ ਡੂੰਘੇ ਔਰ ਭਿਆਨਕ ਬੈਡਸੋਰ ਹੋ ਰੱਖੇ ਹੈ। ਕਿਆ ਦੱਸੀਏ ਹੁਣ, ਲੋਕ ਆਪਣੇ ਮਾਵਾਂ ਨੂੰ ਮਾਂ ਬਾਪ ਨੂੰ ਲਗਾਤਾਰ ਛੱਡੀ ਜਾ ਰਹੇ ਹੈ, ਡਾਇਪਰ ਲੱਗੀ ਜਾ ਰਹੇ ਨੇ, ਡਾਇਪਰ ਲੱਗ ਲੱਗ ਕੇ ਬੈਡਸੋਰ ਹੋਈ ਜਾ ਰਹੇ, ਬਟ ਪੁੱਛ ਕੇ ਤਿਆਰ ਨਹੀਂ ਹੈਗੇ। ਭਾਈ ਸਾਹਿਬ ਟਾਇਰ ਉੱਧਰ ਨੇ, ਵਾਹਿਗੁਰੂ ਬਹੁਤ ਲੋੜ ਹੈ ਨਾ, ਇਹ ਸਾਡੇ ਆਪਣੇ ਨੇ, ਹੈ ਨਾ, ਬਗਾਨੇ ਨਹੀਂ ਹੈਗੇ। ਜਦ ਚਲੇ ਜਾਂਦੇ ਨੇ ਉਸ ਤੋਂ ਬਾਅਦ ਪਛਤਾਵਾ ਹੁੰਦਾ, ਲੋੜ ਪੈਂਦੀ, ਬਟ ਉਸ ਤੋਂ ਜਾ ਚੁੱਕੇ ਹਾਂ, ਰੋਣ ਦਾ ਕੋਈ ਫਾਇਦਾ ਨਹੀਂ। ਫਿਰ ਉਸ ਤੋਂ ਬਾਅਦ ਹੁਣ ਲੋੜ ਆ ਜ਼ਿੰਦਾ ਇਨਸਾਨ ਨੂੰ, ਮਰਨ ਤੋਂ ਬਾਅਦ ਲੋੜ ਨਹੀਂ ਹੁੰਦੀ।